ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਹਾਏ 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 ਟੁੰਡਾ ਚੱਕੇ ਹਾਏ 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 ਬੁੰਡਿਆਂ ਦੀ ਸਰਕਾਰ ਹਾਏ 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 ਲੋਕਤੰਤਰ ਦੀ ਹਾਏ 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 ਭ੍ਰਿਸ਼ਟਾਚਾਰੀ ਕੈਪਟਨ ਹਾਏ 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 ਮਾਫੀਆ ਕੈਪਟਨ ਹਾਏ 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 ਬੁੰਡਾ ਚੱਕੇ ਹਾਏ ਹਾਏ ਸਰਕਾਰ ਦਾ ਘਰੋਂ ਸਿਆਪਾ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਭਾਰਤੀ ਜਨਤਾ ਪਾਰਟੀ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਨਹੀਂ ਹੋ ਸਕਦਾ ਕਿ ਇੱਕ ਪੋਲੀਟੀਕਲ ਪਾਰਟੀ ਨੂੰ ਉਹਦੇ ਸੰਵਿਧਾਨਿਕ ਅਧਿਕਾਰਾਂ ਤੋਂ ਰੋਕਿਆ ਜਾਏ। ਨਰੰਗ ਦਾ ਕਸੂਰ ਕੀ ਸੀ? ਕੈਪਟਨ ਦੀਆਂ ਨਾਕਾਮੀਆਂ ਦੱਸਣਾ, 4 ਸਾਲ ਦੀਆਂ, ਕਿਆ ਇੱਕ ਰਾਜਨੀਤਿਕ ਪਾਰਟੀ ਦੇ ਨਾਤੇ ਮੇਰਾ ਮੌਲਿਕ ਅਧਿਕਾਰ ਨਹੀਂ ਹੈ? ਉਸ ਅਧਿਕਾਰ ਦਾ ਪ੍ਰਯੋਗ ਕਰਨ ਜਾਂਦੇ ਨੇ ਔਰ ਕਿਸਾਨ ਦੇ ਬਾਣੇ ਦੇ ਅੰਦਰ, ਕਿਸਾਨ ਦੀ ਆੜ ਦੇ ਅੰਦਰ ਕਾਨੂੰਨ ਨੂੰ ਆਪਣੇ ਹੱਥ 'ਚ ਲੈਂਦੇ ਨੇ। ਪੁਲਿਸ ਮੂਕਦਰਸ਼ਕ ਬਣਦੀ ਹੈ, ਡੰਡੇ ਚੱਲਦੇ ਨੇ, ਨਿਰਵਸਤਰ ਕੀਤਾ ਜਾਂਦਾ ਹੈ। ਅਤੇ ਕੈਪਟਨ ਨੂੰ ਕੋਈ ਲੱਜਾ ਨਹੀਂ ਹੈ? ਪਰ ਵਿਧਾਨ ਸਭਾ ਦਾ ਮੈਂਬਰ ਨੂੰ ਦਾ ਅਪਮਾਨ ਹੋਇਆ, ਉਹਦਾ ਨੇਤਾ ਕੌਣ ਹੈ? ਮੁੱਖ ਮੰਤਰੀ ਕੱਲ ਨਰੰਗ ਦਾ ਅਪਮਾਨ ਨਹੀਂ ਹੋਇਆ, ਲੋਕਤੰਤਰ ਦਾ ਅਪਮਾਨ ਹੋਇਆ, ਵਿਧਾਨ ਸਭਾ ਦਾ ਅਪਮਾਨ ਹੋਇਆ। ਖੁਦ ਕੈਪਟਨ ਸਾਹਿਬ ਸਾਹਮਣੇ ਖੜਾ ਕਰਨਾ ਚਾਹੁੰਦੇ ਨੇ। ਇਹਨਾਂ ਦੇ ਪੂਰੇ ਬਿਆਨ ਪੜੋ, ਉਹਦੇ ਅੰਦਰ ਜਿਹੜਾ ਚਿਹਰ ਭਰਿਆ ਹੋਇਆ, ਇਹ ਪੰਜਾਬ ਦੇ ਅੰਦਰ ਟਕਰਾਅ ਪੈਦਾ ਕਰਨਾ ਚਾਹੁੰਦੇ ਨੇ, ਪੰਜਾਬ 'ਚ ਡਰ ਦਾ ਵਾਤਾਵਰਣ ਕਰਕੇ ਵੋਟਾਂ ਲੁੱਟਣਾ ਚਾਹੁੰਦੇ ਨੇ। ਲੇਕਿਨ ਇਹ ਜਾਣਦੇ ਨਹੀਂ ਹੈ, ਬੀਜੇਪੀ ਨੇ ਐਮਰਜੈਂਸੀ ਵੀ ਦੇਖੀ ਹੈ, ਬੀਜੇਪੀ ਨੇ ਅਮਨ ਸ਼ਾਂਤੀ ਲਈ ਬਲੀਦਾਨ ਵੀ ਦਿੱਤੇ ਨੇ, ਪੰਜਾਬ ਦੇ ਭਾਈਚਾਰੇ ਦੇ ਉੱਤੇ ਪਹਿਰਾ ਬੀਜੇਪੀ ਨੇ ਹਮੇਸ਼ਾ ਦਿੱਤਾ। ਕੈਪਟਨ ਦੀ ਚਾਲ ਨੂੰ ਕਾਮਯਾਬ ਨਹੀਂ ਹੋਵਾਂਗੇ, ਕੈਪਟਨ ਦੀ ਚਾਲ ਨੂੰ ਕਾਮਯਾਬ ਨਹੀਂ ਹੁੰਦਿਆਂਗੇ, ਔਰ ਬੀਜੇਪੀ ਦੀ ਆਵਾਜ਼ ਬੰਦ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ। ਅਸੀਂ ਮੰਗ ਕੀਤੀ ਹੈ ਕਿ ਸਰਕਾਰ ਜਿਹੜੀ ਜਾਣੀ ਚਾਹੀਦੀ ਹੈ, ਬਰਖਾਸਤ ਕਰਨੀ ਚਾਹੀਦੀ ਹੈ। ਪਹਿਲੇ ਤੇ ਕੈਪਟਨ ਨੂੰ ਨੈਤਿਕਤਾ ਦੇ ਅਧਿਕਾਰ ਦੇ ਉੱਤੇ ਕਾਨੂੰਨ ਵਿਵਸਥਾ ਨਹੀਂ ਬਣਾ ਸਕਦਾ, ਨਾਗਰਿਕ ਨੂੰ ਸੁਰੱਖਿਆ ਨਹੀਂ ਦੇ ਸਕਦਾ, ਪੋਲੀਟੀਕਲ ਪਾਰਟੀ ਕਾਰਜਕ੍ਰਮ ਨਹੀਂ ਕਰ ਸਕਦੀ, ਪੋਲੀਟੀਕਲ ਪਾਰਟੀ ਨੂੰ ਕਾਰਜਕ੍ਰਮਾਂ ਤੋਂ ਪੁਲਿਸ ਰੋਕਦੀ ਹੈ, ਉਹ ਸੁਤੰਤਰਤਾ ਨਾਲ ਘੁੰਮ ਨਹੀਂ ਸਕਦਾ। ਅਸੀਂ ਕਿਹਾ ਕਿ ਸਰਕਾਰ ਨੂੰ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਜਿਨ੍ਹਾਂ ਨੇ ਕੀ ਹੈ ਕਿਸਾਨ ਕੀ ਆੜ ਲੇਕਰ ਪੰਜਾਬ 'ਚ ਅਮਨ ਸ਼ਾਂਤੀ ਨੂੰ ਅੱਗ ਲਾਉਣਾ ਚਾਹੁੰਦੇ ਨੇ, ਔਰ ਕੈਪਟਨ ਦੀ ਸ਼ਹਿ ਦੇ ਉੱਤੇ ਪੰਜਾਬ ਦੇ ਅੰਦਰ ਇਹ ਵਾਤਾਵਰਣ ਪੈਦਾ ਕੀਤਾ ਜਾ ਰਿਹਾ।
ਸੰਦੀਪ ਨੂੰ ਰੱਖ ਰਿਹਾ ਮੁਰਦਾਬਾਦ ਮੁਰਦਾਬਾਦ ਸਰਕਾਰ ਹਾਏ ਹਾਏ ਮੁਰਦਾਬਾਦ ਮੁਰਦਾਬਾਦ ਹਾਏ 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 ਮੁਰਦਾਬਾਦ ਮੁਰਦਾਬਾਦ ਇਸ ਕਰਕੇ ਆਪਣੇ ਖੁਸ਼ਾਂ ਦੇ ਆਪਣੇ ਖੁਸ਼ਾਂ ਕਰਦੇ।